ਹਰਿਮੰਦਰ ਸਾਹਿਬ ਜਾਂਦੇ ਹੋ ਮੱਥਾ ਟੇਕਣ ਦੇ ਵਾਸਤੇ, ਜਦੋਂ ਤੁਸੀਂ ਦਰਸ਼ਨੀ ਡੇੜੀ ਤੋਂ ਹਰਿਮੰਦਰ ਸਾਹਿਬ ਨੂੰ ਜਾ ਰਹੇ ਹੁੰਦੇ ਹੋ, ਇੱਕ ਪੱਥਰ ਦੇ ਉੱਪਰ ਇੱਕ ਘੜੀ ਲੱਗੀ ਹੈ, ਜ਼ਰੂਰ ਵੇਖਿਓ। ਅੱਜ ਵੀ ਇੱਕ ਲੋਹੇ ਦੇ ਟੁਕੜੇ ਦੀ ਤਕੂਨ ਹੈ, ਥੱਲੇ ਉਹਦੇ ਹਿੰਸੇ ਲਿਖੇ ਹੋਏ ਨੇ, ਅੰਕ ਲਿਖੇ ਹੋਏ ਨੇ। ਉਹ ਧੁੱਪ ਦੇ ਨਾਲ ਵਕਤ ਦੱਸਣ ਵਾਲੀ ਪਹਿਲੀ ਘੜੀ ਹੈ ਜਿਹੜੀ ਸਰਦਾਰ ਲਹਿਣਾ ਸਿੰਘ ਨੇ ਤਿਆਰ ਕਰਕੇ ਰਣਜੀਤ ਸਿੰਘ ਨੂੰ ਦਿੱਤੀ, ਤੇ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਚਲਾਈਆਂ।